ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਦੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਸਿਰਲੇਖ ਹੈ ਸਿੱਖੀ ਦੀ ਦਾਸਤਾਨ ਦਿਲ ਵਾਲਿਓ ਸੰਭਲ ਕੇ ਹੱਥ ਕਾਲ ਜੀਤੇ ਧਰ ਕੇ ਦਿਲ ਵਾਲਿਓ ਸੰਭਲ ਕੇ ਹੱਥ ਕਾਲ ਜੇ ਤੇ ਧਰ ਕੇ ਕਰ ਕੇ ਸੁਰਤ ਨੂੰ ਕਾਬੂ ਪੱਕਾ ਜਿਗਰ ਨੂੰ ਕਰਕੇ ਸਾਡੀ ਸੁਨੋ ਕਹਾਣੀ ਨੈਣਾ ਚੀਰ ਭਰ ਕੇ ਜਿਸ ਨੂੰ ਸੁਣਾਉਣ ਲੱਗਾਂ ਕੰਬਦੀ ਮੇਰੀ ਜ਼ੁਬਾਨ ਹੈ ਕੰਬਦੀ ਮੇਰੀ ਜ਼ੁਬਾਨ ਹੈ ਸਿੱਖੀ ਦੀ ਦਾਸ ਤਾ ਹੈ ਐ ਸਿੱਖੀ ਦੀ ਦਾਸ ਤਾ ਹੈ ਸਿੱਖੀ ਦੀ ਦਾਸ ਤਾ ਹੈ ਸਿੱਖੀ ਦੀ ਦਾਸ ਤਾ ਹੈ ਜ਼ਾਲਮ ਕਹੇ ਮੈਂ ਹਿੰਦ ਨੂੰ ਜੰਜੂ ਨਹੀਂ ਪਾਉਣ ਦੇਣਾ ਜ਼ਾਲਮ ਕਹੇ ਮੈਂ ਹਿੰਦ ਨੂੰ ਜੰਜੂ ਨਹੀਂ ਪਾਉਣ ਦੇਣਾ ਸਤ ਗੁਰ ਨੇ ਆਖਿਆ ਮੈਂ ਜੰਜੂ ਨਹੀਂ ਲਾਉਣ ਦੇਣਾ ਜ਼ਾਲਮ ਕਹੀਂ ਮੈਂ ਹਿੰਦ ਨੂੰ ਜੰਜੂ ਨਹੀਂ ਪਾਉਣ ਦੇਣਾ ਸਤ ਗੁਰ ਨੇ ਆਖਿਆ ਮੈਂ ਜੰਜੂ ਨਹੀਂ ਲਾਉਣ ਦੇਣਾ ਫਿਰ ਚੌਕ ਚਾਂਦਨੀ ਵਿੱਚ ਨੌਵੇਂ ਹਜ਼ੂਰ ਆਏ ਖੁਦ ਗੱਲ ਕਟਾ ਕੇ ਜੰਜੂ ਪੰਡਤਾਂ ਦੇ ਗੱਲ ਚ ਪਾਏ ਜਿਸ ਚੌਂਕ ਵਿੱਚ ਸ਼ਹੀਦੀ ਪਾਈ ਸਵੇਰ ਆਨੇ ਚਾਨਣ ਦਾ ਕਤਲ ਕੀਤਾ ਜਿਸ ਥਾਂ ਨੇਰ ਆਨੇ ਉਸ ਚੌਂਕ ਚਾਂਦਨੀ ਦਾ ਚਾਨਣ ਦਾ ਚੌਂਕਨਾ ਹੈ ਚਾਨਣ ਦਾ ਚੌਂਕਨਾ ਹੈ ਸਿੱਖੀ ਦੀ ਦਾਸ ਤਾ ਹੈ ਐ ਸਿੱਖੀ ਦੀ ਦਾਸ ਤਾ ਹੈ ਇੱਕ ਬੁਰਜ ਬਰਫ ਵਰਗਾ ਆਉਂਦੇ ਨੇ ਸਰਦ ਝੋਂਕੇ ਦਦੀਨੇ ਲਾਲੇ ਇਕ ਨਾਲ ਸੋਹਲ ਪੋਤੇ ਨੀਹਾਂ ਚ ਜਾਖਲੋਤੇ ਦਸ਼ਮੇਸ਼ ਦੇ ਦੁਲਾਰੇ ਕੰਧਾਂ ਚ ਜੜਨ ਲਗਿਆਂ ਦੇਖੇ ਜਦੋਂ ਸਤਾਰੇ ਇਟਾ ਸਿਉਸ ਜਾਵਾਂ ਬਾਲਾਂ ਦੇ ਮੁਖ ਤੇ ਗਮ ਦਾ ਪਰਨਾਮ ਨਾ ਨਿਸ਼ਾਨ ਹੈ ਪਰਨਾਮ ਨਾ ਨਿਸ਼ਾਨ ਹੈ ਸਿੱਖੀ ਦੀ ਦਾਸ ਤਾ ਹੈ ਐ ਸਿੱਖੀ ਦੀ ਦਾਸ ਤਾ ਹੈ 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 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ